ਵੀ ਮੁੜ ਚੁੱਕਾ ਤੁਸੀਂ ਉੱਥੇ ਤੁਰ ਪਏ ਹੋ ਬਾਰਡਰ ਤੇ, ਚਾਰ ਟੁਕੜੇ ਜ਼ਮੀਨਾਂ ਹੈਗੀਆਂ ਉਹਨਾਂ ਕੋਲੇ, ਥੋੜਾ ਜਿਹਾ ਰੋਣਾ ਜੀ ਪੈਂਦਾ, ਸੰਘੂ ਬਾਰਡਰ ਤੇ ਪਹੁੰਚੋ ਜੀ, ਜ਼ਿਮੀਦਾਰ ਚੱਕ ਕੇ ਲੱਗੇ ਵੀ ਰਾਜਸਥਾਨ ਚ ਫੌਜ ਆਪਣੀ ਰਹਿੰਦੀ ਹੈ। ਉਸੇ ਜੀ ਸਾਨੂੰ 6 ਮਹੀਨੇ ਹੋਏ ਆ, ਉਸੇ ਮਹੀਨਿਆਂ ਚ ਅਸੀਂ ਕਾਫੀ ਉੱਥੇ ਪ੍ਰਚਾਰ ਕਰ ਰਹੇ ਹਾਂ, ਖਾਸ ਕਰ ਆਪਣਾ ਜੋ SC ST ਸਮਾਜ ਹੈ। ਹੁਣ ਜੇ ਗੱਲ ਕਰੀਏ ਸਿੱਧੀ, ਹੁਣ ਆਪਾਂ ਕੋਈ ਕਿਸੇ ਦੇ ਟੁਕਮੀ ਗੱਲ ਨਹੀਂ ਕਰਨੀ, ਪਰ ਫਿਰ ਵੀ ਆਪਾਂ ਨੂੰ ਥੋੜਾ ਸਰਕਾਰ ਜਿਹੜੀਆਂ ਮਿਸਲਾਂ ਹੈ, ਜਥੇਦਾਰ ਮੇਨ ਉਹਨਾਂ ਦਾ ਪਤਾ ਹੋਣਾ ਚਾਹੀਦਾ। ਹੁਣ SGPC ਵਾਲੇ ਆਏ ਸੀ, ਉਹਦਾ ਨਾਮ ਪਤਾ ਨਹੀਂ, ਬਿਲਟੋਹਾ ਜੀ, ਹਾਂ ਉਹ ਕਹਿੰਦੇ ਬਾਬਾ ਜੋਗਾ ਸਿੰਘ ਜੀ ਆਏ ਤਾਂ ਜੀ। ਹੁਣ ਅਸੀਂ ਕਹੀਏ ਵੀ ਬਾਬਾ ਬਾਦਲ ਸਿੰਘ ਜੀ ਆਏ ਤਾਂ ਫਿਰ ਕੀ ਬਣੂਗਾ, ਤਾਂ ਸਾਨੂੰ ਵੀ ਥੋੜਾ ਸਤਿਕਾਰ ਹੋਣਾ ਚਾਹੀਦਾ ਵੀ ਕਿਹੜਾ ਦਲ ਪੰਥ ਆਇਆ, ਕਿਉਂਕਿ ਇਹ ਕੋਈ ਆਮ ਜਥੇਦਾਰ ਨਹੀਂ, ਸਾਡੇ ਕੋਲੇ ਕੋਈ ਬਾਲਾ ਸੋਸ਼ਲ ਮੀਡੀਆ ਨਹੀਂ ਆ, ਬਾਲਾ ਸਟੇਟਸ ਸਿੰਬਲ ਨਹੀਂ ਆ। ਅਸੀਂ SC ST ਸਮਾਜ ਨੂੰ ਰਾਜਸਥਾਨ, ਪੰਜਾਬ, UP, ਬਿਹਾਰ, ਇੱਥੋਂ ਤੱਕ ਨਾਗਾਲੈਂਡ ਤੱਕ ਤੇ ਲੈ ਕੇ ਜਾ ਰਹੇ ਹਾਂ। ਇਹ ਕੰਮ ਹੈ ਸਿੰਘਾਂ ਦਾ, ਅੰਦਰ ਖਾਤੇ ਕੰਮ ਕਰਨਾ। ਇਹ ਸਟੇਜਾਂ ਤੇ ਬੋਲਣ ਵਾਲੇ ਹੈਗੇ ਉਹ ਫੀਲਡ ਚ ਨਹੀਂ ਜਾਂਦੇ, ਗਰਾਊਂਡ ਲੈਵਲ ਤੇ ਕੰਮ ਕਰਦੇ। ਅਸੀਂ ਕਦੇ ਜਾ ਕੇ ਦੇਖੋ ਮਿਸਲਾਂ ਚ, ਫਿਰ ਤੁਸੀਂ ਕਹਿੰਦੇ ਹੋ ਵੀ ਤੁਸੀਂ ਸਮਾਜ ਦਾ ਨਾਮ ਕਦੋਂ ਲਿਆ, ਫਿਰ ਸਮਾਜ ਦਾ ਨਾਮ ਨਹੀਂ ਕਹਿੰਦਾ, ਸਾਰਿਆਂ ਨੂੰ ਇੱਕ ਕਰੋ, ਫਿਰ ਤੁਸੀਂ ਆਓ ਸਾਡੇ ਨਾਲ ਬਰਾਬਰ। ਤੁਸੀਂ ਕਿਸਾਨਾਂ ਨੂੰ ਕਿਸੇ ਨੇ ਵੀਡੀਓ ਪਾਇਆ ਕਿਸਾਨਾਂ ਨੂੰ ਵੀ ਮੁੱਝ ਚੁੱਕਾ, ਤੁਸੀਂ ਉੱਥੇ ਤੁਰ ਪਏ ਹੋ ਬਾਰਡਰ ਤੇ, ਆਓ ਪਹਿਲਾਂ ਬੰਦੀ ਸਿੰਘਾਂ ਦੀ ਸਭ ਤੋਂ ਪਹਿਲਾਂ ਗੱਲ ਚੱਲੀ ਸੀ ਨਾ, ਫਿਰ ਉੱਥੇ ਕਿਵੇਂ ਪਹੁੰਚ ਗਏ ਹੋ, ਚਾਰ ਟੁਕੜੇ ਜ਼ਮੀਨਾਂ ਹੈਗੀਆਂ ਉਹਨਾਂ ਕੋਲੇ, ਥੋੜਾ ਜਿਹਾ ਰੋਣਾ ਜੀ ਪੈਂਦਾ, ਸੰਘੂ ਬਾਰਡਰ ਤੇ ਪਹੁੰਚੋ ਜੀ, ਜੇ ਨਹੀਂ ਕੋਈ ਪਹੁੰਚਿਆ ਤਾਂ ਗੱਦਾਰ ਹੈ। ਉਹਨਾਂ ਦੇ 25 ਚੈਨਲ ਆ, ਸਾਡੇ ਕੋਲ ਤਾਂ ਇੱਕ ਵੀ ਚੈਨਲ ਵੀ ਨਹੀਂ, ਤਾਂ ਤੁਸੀਂ ਖੁਦ ਸੋਚੋ ਜਦੋਂ ਦਾ ਮੋਰਚਾ ਲੱਗਿਆ ਚੰਡੀਗੜ੍ਹ ਕਿੰਨੇ ਰੋਲ ਪਏ ਤੋਂ ਬਾਅਦ, ਇਹ ਸਿਆਸਤ ਨਹੀਂ ਤਾਂ ਹੋਰ ਕੀ ਹੈ। ਫਿਰ ਆਪਾਂ ਇੱਕ ਪਾਸੇ ਜੇ ਇੱਕ ਹੋਣਾ, ਇੱਕ ਪਾਸੇ ਹੋ ਕੇ ਕੰਮ ਤਾਂ ਕਰ ਲਈਏ, ਫੌਜ ਨੂੰ ਇੱਕ ਪਾਸੇ ਤਾਂ ਦੇ ਲਓ ਤੁਸੀਂ, ਸਨੇਕ ਸਿੰਘਾਂ ਨਾਲ ਕਿੰਨੇ ਜਥੇਬੰਦੀਆਂ ਸਾਰੀਆਂ ਇੱਕ ਹੈ ਸਾਡੇ, ਕਿਸੇ ਚ ਕੋਈ ਟੁੱਕ ਨਹੀਂ ਗਈ, ਪਰ ਸਾਰੇ ਇੱਕ ਤਾਂ ਹੋਈ ਹੈ। ਸਾਨੂੰ ਆਦੇਸ਼ ਦੇਣ ਵੀ ਬਾਬਾ ਜੀ ਅਕਾਲ ਤਖ਼ਤ ਸਾਹਿਬ ਆਦੇਸ਼ ਦੇਵੇ ਕਿ ਬਾਬਾ ਜੀ ਇੱਥੇ ਆਓ, ਸਾਰੀ ਫੌਜ ਇਕੱਠੀ ਹੋ ਗਈ। ਪਰ ਆ ਕੀ ਹੈ ਵੀ ਜ਼ਿਮੀਦਾਰ ਚੱਕ ਕੇ ਉਹ ਉੱਥੇ ਪਹੁੰਚ ਗਏ, ਜ਼ਮੀਨਾਂ ਦਾ ਮਹਾਰਾਜ ਨੇ ਕਿਸ ਥਾਂ ਤੇ ਮਹਾਰਾਜ ਅਟਲ ਰਹੇ, ਮਹਾਰਾਜ ਨੇ ਕਿਹੜਾ ਗੁਰਦੁਆਰਾ ਬਣਾਇਆ ਦੱਸੋ, ਮਹਾਰਾਜ ਨੇ ਖਾਲਸਾ ਪੰਥ ਸਾਜਿਆ ਪੂਰੀ ਦੁਨੀਆ ਖਾਤਰ, ਮਹਾਰਾਜ ਸੁਣ ਨੰਦ ਲਾਲ ਜੀ ਦੇ ਬਚਨ, ਤੁਹਾਨੂੰ ਸ਼ਾਇਦ ਹਰੇਕ ਨੂੰ ਪਤਾ ਨਹੀਂ, ਜਦੋਂ ਨੰਦ ਲਾਲ ਜੀ ਨੇ ਪੁੱਛਿਆ ਵੀ ਤੁਹਾਨੂੰ ਖਾਲਸਾ ਕਿਹਾ ਚਾਹੀਦਾ ਹੈ, ਮਹਾਰਾਜ ਨੇ ਕਿਹਾ ਸੁਣੋ ਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ, ਚਾਹ ਨੂੰ ਵੰਡ ਕੋਈ ਵੰਡ ਗਾਊ ਵਾਹਿਗੁਰੂ ਸਿੰਘ ਦਾ ਨਾਮ ਉਠਾਊ। ਉਹ ਕਿੱਥੇ ਆ, ਆਪਾਂ ਇੱਥੇ ਪਹਿਰਾ ਦੇਵਾਂਗੇ, ਖਾਲਸਾ ਰਾਜ ਆਪੇ ਆਜੂਗਾ। ਆਪਾਂ ਜਾ ਕੇ ਦੋਵੇਂ ਪੱਥਰ ਚ ਜਾਈਏ, ਉਹਨਾਂ ਨਿਹੰਗ ਸਿੰਘ ਕੋਲੇ ਜਾਈਏ, ਸੇਵਾ ਕਰੀਏ ਉੱਥੇ ਜਾ ਕੇ, ਉਹ ਕੀ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈਏ, ਹਰੇਕ ਨੂੰ ਦੇਖਣਾ ਭਾਈ ਮੁਹੱਲਾ ਨਿਕਲ, ਮੁਹੱਲਾ ਵੀਡੀਓ ਬਣਾ ਲਓ, ਸਿੰਘਾਂ ਨਾਲ ਜਥੇਦਾਰਾਂ ਨੂੰ ਫੋਟੋ ਕਰਾ ਲਈਆਂ, ਪਰ ਜੇ ਸੇਵਾ ਦਾ ਕੰਮ ਆਉਂਦਾ ਕੋਈ ਖੜਦਾ ਹੀ ਨਹੀਂ ਗਿਆ ਉੱਥੇ। ਇਹ ਗੱਲ ਸੋਚਣ ਦੀ ਲੋੜ ਹੈ, ਅਗਰ ਆਪਾਂ ਰਾਜ ਚਾਹੀਦਾ, ਖਾਲਸਾ ਰਾਜ ਚਾਹੀਦਾ, ਅਸੀਂ ਖਾਲਿਸਤਾਨ ਦਾ ਨਾਮ ਲੈ ਲੈਂਦੇ, ਸਾਨੂੰ ਖਾਲਸਾ ਰਾਜ ਚਾਹੀਦਾ। ਖਾਲਸਾ ਰਾਜ ਉਹ ਰਾਜ ਆਊਗਾ ਜਿੱਥੇ ਹਿੰਦੂ ਚੱਲ ਕੇ ਤੁਹਾਨੂੰ ਕਹਿ ਦੂਗਾ ਨਾ ਇੰਡੀਆ ਚ ਵੀ ਮੈਨੂੰ ਖਾਲਸਾ ਰਾਜ ਚਾਹੀਦਾ, ਉਹ ਖਾਲਸਾ ਰਾਜ ਚਾਹੀਦਾ। ਆਪਾਂ ਨੂੰ ਕਿਸੇ ਨਾਲ ਧੱਕਾ ਨਹੀਂ ਕਰਨਾ, ਰਾਜ ਸਿੰਘ ਖਾਲਸਾ, ਆਪਾਂ ਨੂੰ ਕਿਸੇ ਨਾਲ ਧੱਕਾ ਨਹੀਂ ਕਰਨਾ। ਇਹ ਨਹੀਂ ਵੀ ਕਿਉਂਕਿ ਵਰਡ ਇਹ ਜਿਹਾ ਆ ਜਾਂਦਾ, ਹੁਣ ਤੁਸੀਂ ਗੱਲ ਕਰੋਗੇ ਖਾਲਿਸਤਾਨ ਦੀ,
ਉਹ ਖਾਲਿਸਤਾਨ ਆਇਆ ਕਰਕੇ ਕੀ ਕਰੋਗੇ ਜਿੱਥੇ ਮੋਨੇ ਕੋਲੇ ਤੁਰੇ ਫਿਰਦੇ ਆ ਕੀ ਕਰੋਗੇ ਉਹਦਾ ਫਿਰ ਉੱਥੇ ਨਸ਼ੇੜੀ ਤੁਰਨਗੇ ਤੁਸੀਂ ਪਹਿਲਾਂ ਵੀ ਤੁਸੀਂ ਕੀਤਾ ਨਸ਼ੇੜੀਆਂ ਨੂੰ ਰਾਜ ਦਿੱਤਾ ਤੇ ਹੁਣ ਵੀ ਦਿੱਤਾ ਤੁਹਾਡੇ ਕੋਲ ਖਾਲਸਾ ਰਾਜ ਕਿਵੇਂ ਆਜੂਗਾ ਸਾਡਾ ਨਿਹੰਗ ਸਿੰਘ ਰਾਜ ਖੜਾ ਕਰਦੇ ਨੇ ਐਮਪੀ ਦੇ ਇਲੈਕਸ਼ਨ ਹੁੰਦੇ ਜੇ ਜਿਤਾ ਦੋ ਤਾਂ ਧੌਣ ਲਵਾ ਦਿਓ ਸਾਡੀ ਤੁਹਾਨੂੰ ਖਾਲਸਾ ਰਾਜ ਕਿਵੇਂ ਮਿਲ ਜੂਗਾ ਤੁਸੀਂ ਅੱਗੇ ਤਾਂ ਕਰਨਾ ਸ਼ੇਨੂੰ